ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Exam Job Hub ਦੇ ਵਿੱਚ ਤੇ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੀਪੀਐਸਬੀ ਬੋਰਡ ਦੇ ਵੱਲੋਂ ਇੱਕ ਹੋਰ ਨਵੇਂ ਐਗਜ਼ਾਮ ਦਾ ਜੋ ਕਿ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ ਤੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਤੁਸੀਂ ਕਿਵੇਂ ਡਾਊਨਲੋਡ ਕਰ ਸਕਦੇ ਹੋ ਐਡਮਿਟ ਕਾਰਡ ਨੂੰ ਤੇ ਕਿਹੜੀ ਪੋਸਟ ਵਾਸਤੇ ਇਹ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਤੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਚੱਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਇੱਥੇ ਤੁਸੀਂ ਇੱਕ ਨਵਾਂ ਨੋਟਿਸ ਦੇਖ ਹੀ ਸਕਦੇ ਹੋ 16 ਦੱਸਿਆ ਗਿਆ ਹੈ ਕਿ ਕਲਿਕ ਹੇਅਰ ਟੂ ਡਾਊਨਲੋਡ ਐਡਮਿਟ ਕਾਰਡ ਫਾਰ ði ਰਿਟਨ ਐਗਜ਼ਾਮੀਨੇਸ਼ਨ ਡੇਟ 21 2022 ਜਾਨੀ ਕਿ ਤੁਹਾਡਾ ਜੋ ਕਿ ਐਗਜ਼ਾਮ ਹੈ 21 2022 ਨੂੰ ਜੋ ਕਿ ਕੰਡਕਟ ਹੋਣ ਵਾਲਾ ਹੈ ਫਾਰ ਪੋਸਟ ਆਫ ਫੋਰੇਸਟਰ ਜਿਵੇਂ ਕਿ ਥੋੜੇ ਦਿਨ ਪਹਿਲਾਂ ਜੋ ਕਿ ਪੋਸਟ ਫੋਰੈਸਟ ਗਾਰਡ ਵਾਸਤੇ ਐਗਜ਼ਾਮ ਕੰਡਕਟ ਕਰਵਾਇਆ ਗਿਆ ਸੀ ਤੇ ਹੁਣ ਜੋ ਕਿ ਐਡਮਿਟ ਕਾਰਡ ਹੈ ਫੋਰੇਸਟਰ ਪੋਸਟ ਵਾਸਤੇ ਜੋ ਕਿ ਆ ਚੁੱਕਿਆ ਹੈ ਤੇ ਤੁਸੀਂ ਕਿਵੇਂ ਡਾਊਨਲੋਡ ਕਰਨਾ ਹੈ ਐਡਮਿਟ ਕਾਰਡ ਨੂੰ ਤੇ ਦੋਸਤੋ ਇਸ ਪੇਜ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਦੇ ਵਿੱਚ ਮਿਲ ਜਾਵੇਗਾ ਤੁਸੀਂ ਉਥੋਂ ਸਿੱਧਾ ਕਲਿੱਕ ਕਰਕੇ ਇਸ ਪੇਜ ਤੇ ਵਿਜ਼ਿਟ ਕਰ ਸਕਦੇ ਹੋ ਤੇ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਇੱਥੇ ਜੋ ਕਿ ਤੁਸੀਂ ਦੇਖ ਸਕਦੇ ਹੋ ਐਡਮਿਟ ਕਾਰਡ ਫਾਰ ਦੀ ਪੋਸਟ ਆਫ ਫੋਰੇਸਟਰ ਐਡਵਰਟਾਈਜ਼ਮੈਂਟ ਨੰਬਰ ਵੀ ਦੇਖ ਸਕਦੇ ਹੋ ਤੇ ਥੱਲੇ ਸਕਰੋਲ ਕਰੋਗੇ ਤੇ ਇੱਥੇ ਦੱਸਿਆ ਆ ਰਿਹਾ ਹੈ ਕਿ ਤੁਸੀਂ ਰੀਵਿਜ਼ਿਟ ਕਰਨਾ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਯਾਨੀ ਕਿ 18 ਤਰੀਕ ਨੂੰ ਫਿਰ ਤੋਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਆਣਾ ਹੈ ਤੇ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨਾ ਹੈ ਉਸ ਦਿਨ ਸਿਰਫ ਤੁਹਾਡੇ ਜੋ ਕਿ ਐਡਮਿਟ ਕਾਰਡ ਤੇ ਐਗਜ਼ਾਮੀਨੇਸ਼ਨ ਸੈਂਟਰ ਦਾ ਜੋ ਕਿ ਐਡਰੈਸ ਆ ਜਾਵੇਗਾ ਤੇ ਹੁਣ ਤੁਸੀਂ ਆਪਣੇ ਐਡਮਿਟ ਕਾਰਡ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਤੇ ਦੋਸਤੋ ਇੱਥੇ ਆਪਸ਼ਨ ਦਿਖਾਈ ਦੇ ਰਿਹਾ ਹੋਗਾ ਤੁਹਾਨੂੰ ਡਾਊਨਲੋਡ ਐਡਮਿਟ ਕਾਰਡ ਅਪਲੀਕੇਸ਼ਨ ਨੰਬਰ ਆਹੀਂ ਤੇ ਤੁਸੀਂ ਇਸ ਤੇ ਕ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ ਤੇ ਦੋਸਤੋ ਤੁਸੀਂ ਇੱਥੇ ਦੇਖ ਸਕਦੇ ਹੋ ਜਨਰੇਟ ਐਂਡ ਡਾਊਨਲੋਡ ਐਡਮਿਟ ਕਾਰਡ ਫਾਰ ਦੀ ਪੋਸਟ ਆਫ ਫੋਰੇਸਟਰ ਵਾਸਤੇ ਜਿਨ੍ਹਾਂ ਜਿਨ੍ਹਾਂ ਕੈਂਡੀਡੇਟ ਨੇ ਫੋਰੇਸਟਰ ਪੋਸਟ ਲਈ ਫਾਰਮ ਨੂੰ ਭਰਿਆ ਸੀ ਉਹ ਆਪਣੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ ਤੇ ਦੋਸਤੋ ਇੱਥੇ ਤੁਸੀਂ ਐਪਲੀਕੇਸ਼ਨ ਨੰਬਰ ਭਰਨਾ ਹੈ ਡੇਟ ਆਵਰ ਤੋਂ ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਮੰਥ ਤੁਸੀਂ ਜੋ ਕਿ ਭਰਨਾ ਹੈ ਤੇ ਫਿਰ ਤੁਸੀਂ ਆਪਣਾ ਡੇ ਭਰਨਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਸਨ ਭਰ ਦੇਣਾ ਹੈ ਤੇ ਉਸ ਤੋਂ ਇਸ ਤੋਂ ਬਾਅਦ ਤੁਸੀਂ ਇੱਥੇ ਜਨਰੇਟ ਐਡਮਿਟ ਕਾਰਡ ਤੇ ਕਲਿੱਕ ਕਰ ਦੇਣਾ ਹੈ ਤੇ ਤੁਸੀਂ ਕਲਿੱਕ ਕਰੋਗੇ ਤਾਂ ਤਾਂ ਨਾਲ ਹੀ ਤੁਹਾਡਾ ਜੋ ਕਿ ਐਡਮਿਟ ਕਾਰਡ ਜੋ ਸ਼ੋ ਹੋ ਜਾਵੇਗਾ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਪ੍ਰਿੰਟ ਆਊਟ ਸਿਰਫ ਤੁਸੀਂ 18 ਤੀਕ ਨੂੰ ਹੀ ਜੋ ਕਿ ਨਿਕਲਵਾ ਸਕਦੇ ਹੋ ਤਾਂ ਜੋ ਉਸ ਸਮੇਂ ਤੁਹਾਡੇ ਜੋ ਕਿ ਐਡਮਿਟ ਕਾਰਡ ਤੇ ਐਡਰੈਸ ਵੀ ਮੈਂਸ਼ਨ ਹੋ ਜਾਵੇਗਾ ਆਦੋ ਅਦੋਹੀ ਤੁਸੀਂ ਜੋ ਕਿ ਪ੍ਰਿੰਟ ਆਊਟਰ ਨਿਕਲਵਾ ਕੇ ਐਡਮਿਟ ਕਾਰਡ ਨੂੰ ਆਪਣੇ ਕੋਲ ਰੱਖ ਸਕਦੇ ਹੋ ਤੇ ਦੋਸਤ ਤੇ ਦੋਸਤੋ ਆਈ ਹੋਪ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਕਿ ਕਿਵੇਂ ਤੁਸੀਂ ਫੋਰ ਦੀ ਪੋਸਟ ਆਫ ਫੋਰੇਸਟਰ ਵਾਸਤੇ ਜੋ ਕਿ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਪਲੀਜ਼ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਇਸ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ ਜੈ ਭਾਰਤ